ਹੋ ਜੀ ਬਾਈ ਕਰੋ ਸਟਾਰਟਿੰਗ ਚੈੱਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬਾਈ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਬਾਈ ਆਪਾਂ ਟਰੈਕਟਰ ਲੱਗੇ ਦੇਣ 3055 ਜੀ ਤੇ ਜੋਤ ਬਾਈ ਨੇ ਹਾਰ ਲੱਗੇ ਹੋਏ ਲਾਉਣ ਤੇ ਨਾਲ ਮਿਸਤਰੀ ਆ ਸਵਰਾਜ ਵਾਲਾ ਮੁੰਡਾ ਤੇ ਬਾਕੀ ਸਾਨੂੰ ਆਜੋ ਆਪਾਂ ਦਿਖਾਉਣੇ ਆਦੀ ਵੀਡੀਓ ਵੀਡੀਓ 'ਚ ਬਣੇ ਰਹੋ ਜੀ ਲੋ ਬਾਈ ਕਰਤੀ ਮੁੰਡੇ ਨੇ ਤਿਆਰੀ ਟਰੈਕਟਰ ਟਰੂਟਰ ਕਰਤਾ ਚੈੱਕ ਪੂਰਾ ਹੈ ਨਾ ਹਾਰ ਲਾਤਾ ਵੀਰ ਨੇ ਜੋਤ ਵੀਰ ਸਾਡਾ ਜੱਗੂ ਵੀਰ ਸਾਡਾ ਹੋਰ ਜੋਤ ਬਾਈ ਵਧੀਆ ਬਾਈ ਕਾਲੀਆਂ ਨਿਕਲ ਆਉਂਦਾ ਗਰਮੀ ਦੇ ਵਿੱਚ ਉਹ ਆਜਾ ਸਵਰਾਜ ਵਾਲੇ ਬਾਈ ਚੱਲਿਆ ਤੂੰ ਯਾਰ ਉਹ ਆਜਾ ਤੇਰੀ ਇੰਟਰਵਿਊ ਕਰਾਉਣੀ ਯਾਰ ਮੈਂ ਜੋਤ ਬੰਦਾ ਭੱਜ ਗਿਆ ਆਪਣਾ ਬਾਈ ਜੋਤ ਇਹ ਆਪਣਾ ਆ ਗਿਆ 3055 DIHT ਹੈ ਨਾ ਹਾਈ ਟਾਰਕ ਹਾਈ ਟਾਰਕ ਹੈ ਬੈਕਅਪ ਟਾਰਕ ਜ਼ਿਆਦਾ ਇਹ ਚ ਠੀਕ ਹੈ ਇਹਦੇ ਵਿੱਚ ਕੋਈ ਫਰਕ ਪਾਇਆ ਕੰਪਨੀ ਨੇ ਹੁਣ ਇਹਦੇ ਵਿੱਚ ਫਰਕ ਤਾਂ ਕੋਈ ਨਹੀਂ ਹੈ ਹਾਂ ਹੌਰਸ ਪਾਵਰ ਘਟਾ ਕੇ ਬੈਕਅਪ ਟਾਰਕ ਵਧਾਤੀ ਅੱਛਾ ਜਿੱਥੇ ਮੈਂ ਟਰੈਕਟਰ ਲੋਡ ਲੈ ਕੇ ਦੱਬਦਾ ਹੁੰਦਾ ਹਾਂ ਉੱਥੇ ਦੱਬਣ ਦੀ ਬਜਾਏ ਇਹ ਵਧੂਗਾ ਥੋੜਾ ਹੋਰ ਅੱਛਾ ਠੀਕ ਹੈ ਯਾਨੀ ਕਿ ਪੰਪ 'ਚ ਫਰਕ ਪਾਇਆ ਕਾਹਦੇ 'ਚ ਪੰਪ 'ਚ ਫਰਕ ਪੰਪ 'ਚ ਫਰਕ ਪਾ ਠੀਕ ਜੇ ਵਧਾਉਣੀ ਹੋਵੇ ਉਹਦੇ ਸੈਟਿੰਗ ਕਰਕੇ ਵੱਧ ਵੀ ਸਾਦੀ ਪਾਵਰ ਹੈ ਜੀ ਓਕੇ ਬਾਈ ਓਕੇ ਕੋਈ ਬਹੁਤਾ ਟੈਨਸ਼ਨ ਵਾਲਾ ਕੰਮ ਨਹੀਂ ਹੈ ਠੀਕ ਹੈ ਠੀਕ ਹੈ ਬਾਕੀ ਬਾਈ ਟਰੈਕਟਰ ਸਾਰਾ ਸੇਮ ਹੈ ਜਿਹੜਾ ਪਹਿਲਾਂ ਹੁੰਦਾ ਸੀਗਾ ਸਿਰਫ ਇਹਨਾਂ ਨੇ ਨਾਮ ਵਿੱਚ ਥੋੜਾ ਜਿਹਾ ਚੇਂਜ ਕਰਤਾ ਠੀਕ ਹੈ ਜੀ ਤੇ ਬਾਕੀ ਉਹ ਤਾਂ ਹੁਣ ਚੱਲੇ ਦੇ ਜੋ ਤਾਂ ਬਾਅਦੇ ਪਤਾ ਲੱਗੂਗਾ ਬਾਈ ਠੀਕ ਨਹੀਂ ਵੀ ਉਹੀ ਚੀਜ਼ ਹੈ ਕਿ ਕਿਆ ਠੀਕ ਨਹੀਂ ਤੇ ਬਾਈ ਬਹੁਤ ਵੀਰਾਂ ਦੇ ਯਾਰ ਤੁਸੀਂ ਕਹਿੰਦੇ ਬਾਈ ਤੁਸੀਂ ਨਵਿਆਂ ਦੀ ਵੀਡੀਓ ਪਾਈ ਜਾਂਦੇ ਤੁਸੀਂ ਕੋਈ ਚੱਲਦੇ ਦੀ ਵੀਡੀਓ ਨਹੀਂ ਪਾਉਂਦੇ ਹੁਣ ਬਾਈ ਅਸੀਂ ਬੰਦੇ ਹੈਗੇ ਪੂਰੇ ਪੂਰੇ ਤਿੰਨ ਚਾਰ ਵਜੇ ਉਹਦੇ ਬੰਦੇ ਆਪਾਂ ਟਾਈਮ ਹੀ ਨਹੀਂ ਹੁੰਦਾ ਬਾਈ ਠੀਕ ਹੈ ਉਰੀ ਤਾਂ ਨਹੀਂ ਸਾਰਾ ਦਿਨ ਟਾਈਮ ਲੱਗਦਾ ਬਾਈ ਉਰੇ ਕਸਟਮਰ ਆਈ ਜਾਂਦੇ ਆ ਠੀਕ ਹੈ ਕਿੰਨੇ ਬੰਦੇ ਕੋਲ ਟਰੈਕਟਰ ਹੈ ਕਿਹਨੂੰ ਪੁੱਛੀ ਬਾਈ ਟਰੈਕਟਰ ਚੱਲਦਾ ਕਿ ਨਹੀਂ ਚੱਕਰ ਹੋਰ ਆ ਜੋ ਤਾਂ ਫਿਰ ਉਰੇ ਜ਼ਿਆਦਾ ਆਪਾਂ ਨੂੰ ਨਿਕਲਣਾ ਪੈਣਾ ਬਾਹਰ ਵੀਡੀਓ 'ਚ ਆਪਾਂ ਜਿੰਨੀਆਂ ਮਰਜ਼ੀ ਜ਼ਿਆਦਾਤਰ ਆਪਾਂ ਨੇ ਟਰੈਕਟਰ ਲੋਕਲ ਹੀ ਦਿੱਤਾ ਵਾ ਫਿਰ ਉਰੇ ਪਿੱਛੇ ਕੌਣ ਬਾਈ ਕੋਈ ਵੀ ਨਹੀਂ ਆਹ ਚੱਕਰ ਤੇ ਜਿੱਦਣ ਬਾਈ ਕਿਸੇ ਨੂੰ ਲੱਗਿਆ ਟਾਈਮ ਆਪਾਂ ਐਤਵਾਰ ਵਾਲੇ ਦਿਨ ਉਦਣ ਜ਼ਰੂਰ ਜੇ ਕੋਈ ਟਰੈਕਟਰ ਚੱਲਦਾ ਹੋਇਆ ਕਿਤੇ ਰੱਬ ਸਭ ਵੀ ਹੋਣਾ ਕੰਮ ਹਾਂ ਠੀਕ ਆ ਬਾਕੀ ਉਹ ਦੇਖ ਲੈਣਾ ਕਿਸੇ ਦੀ ਚੱਲਦੀ ਵੀਡੀਓ ਮੈਂ ਉਹਨਾਂ ਨੂੰ ਆਉਂਗੇ ਆਪਾਂ ਇਹਨਾਂ ਤੋੜੇ ਲੈ ਚਲਾਉਂਗੇ ਉਹਦੇ ਵਧੀਆ ਜਿੱਦਾਂ ਕਰਾਕ ਰੂ ਤੇ ਜਾਂ ਚੱਲਦੇ ਜਾਂ ਅਸਲ ਦਾ ਜੋ ਉਹਦਾ ਇੱਥੇ ਆ ਲੋਡ ਤੇ ਚੱਲਦਾ ਉੱਥੇ ਪਤਾ ਲੱਗਣਾ ਹਾਂ ਹੈਨਾ ਜਾਂ ਕਿਸੇ ਦਿਨ ਇਹਨਾਂ ਨੂੰ ਲੈ ਕੇ ਜਾਂਦੇ ਫਿਰ ਉਹਦੇ ਚ ਮੁਕਾਬਲੇ ਮੁਕਾਬਲੇ ਚ ਜਿੱਦਣ ਆਪਣੇ ਪਿੰਡ ਆਏ ਨਾ ਕਬੂਟਰ ਵਾਲੇ ਸਾਡੇ ਪਿੰਡ ਹੋਏ ਤੇ ਸਾਰੇ ਜੌਂਡੀਅਰ ਕਬੂਟਾ ਹੋਰ ਅਰਜ ਆਪਣੇ ਮਹਿੰਦਰ ਵਾਲਾ ਇੱਕ ਅਰਜਨ ਟਰੈਕਟਰ ਦਾ ਉਹ ਸਾਰਿਆਂ ਦਾ ਕੰਪਨੀ ਕਰਾਇਆ ਤਾ ਯਾਨੀ ਕਿ ਉਦਣ ਕਬੂਟਾ ਵਾਲਾ ਟਰੈਕਟਰ ਨੰਬਰ ਲੈ ਗਿਆ ਤਾ ਉਦਣ ਮੈਨੂੰ ਦੱਸਿਆ ਨਹੀਂ ਇਹਨਾਂ ਨੇ ਆਪਾਂ ਟਰੈਕਟਰ ਲੈ ਕੇ ਜਾਣਾ ਤਾ ਆਪਾਂ ਹਾਂ ਉਹੀ ਲੈਣਾ ਤਾ 4x4 ਆਪਾਂ ਨੇ ਹਾਂ ਨਾ 4x4 ਕਰਨ ਦੂਜੇ ਲੈ ਜਾਣਾ ਤਾ ਆਪਾਂ ਨੇ ਆਪਣੇ ਵਾਲਾ ਨੋਰਮਲੀ ਪਤਾ ਲੱਗ ਜਾਣਾ ਤਾ ਮਾੜਾ ਮੋਟਾ ਯਾਨੀ ਕਿ ਐ ਫਿਰ ਉੱਥੇ ਥੋੜਾ ਜਿਹਾ ਕੰਪੈਰੀਜ਼ਨ ਹੋ ਜਾਣਾ ਤਾ ਕੰਪੀਟੀਸ਼ਨ ਪਤਾ ਲੱਗ ਜਾਣਾ ਵੀ ਕਿੰਨਾ ਕੁ ਤੇਲਾ ਮੈਂ ਤੇਲ ਹੈ ਬਿਲਕੁਲ ਬਿਲਕੁਲ ਯਾਨੀ ਕਿ ਬਾਈ ਜ਼ੋਰ ਦੇ ਮਾਮਲੇ ਅਸੀਂ ਚੈੱਕ ਕਰਿਆ ਬਹੁਤ ਜਗ੍ਹਾ ਯਾਨੀ ਕਿ ਚੰਗੇ ਚੰਗੇ ਟਰੈਕਟਰ ਨੂੰ ਮਾਰ ਪਾ ਦਿੰਦਾ ਇਹ ਬਾਕੀ ਚਲੋ ਆਪਣੀ ਆਪਣੀ ਜਗ੍ਹਾ ਬਾਈ ਸਾਰੇ ਟਰੈਕਟਰ ਬਹੁਤ ਵਧੀਆ ਠੀਕ ਆ ਆਪਾਂ ਕਿਸੇ ਟਰੈਕਟਰ ਨੂੰ ਨਹੀਂ ਕਹਿੰਦੇ ਹੈਗੇ ਹੋਰ ਵਧਾਈਏ ਚਾਬੀ ਬਾਈ ਟਰੈਕਟਰ ਦੀ ਲਾਤਾ ਲਾਤਾ ਆਜੋ ਲੋ ਬਾਈ ਆਪਣੇ ਕੋਲ ਦੋ ਹੀ ਟਰੈਕਟਰ ਆਏ ਸੀਗੇ ਪੰਜ ਟਰੈਕਟਰ ਆਰਡਰ ਕਰੇ ਸੀ ਆਪਾਂ ਨੇ ਤੇ ਕਾ ਆਏ 30-48 ਕੱਲ ਆਏ ਆਪਣੇ ਕੋਲ ਟਰੈਕਟਰ ਬਾਈ ਇਹ ਆ ਵੀ ਆਪਾਂ ਨੇ ਦੇ ਦੇਣਾ ਟਰੈਕਟਰ ਕੱਲ ਕੋਲ ਨੂੰ ਇੱਕ ਟਰੈਕਟਰ ਹੋਰ ਦੇਣਾ ਆਪਾਂ ਨੇ ਕੱਲ ਨੂੰ ਜਾਂ ਪਰਸੋਂ ਨੂੰ ਦੇ ਦਈਏ ਤੇ ਹੁਣ 3-4 ਟਰੈਕਟਰ ਲਗਭਗ ਨਾਲ ਦੀ ਨਾਲੇ ਵਿਕ ਜਾਣੇ ਆਪਣੇ ਲੋ ਬਾਈ ਬੰਦੇ ਆ ਗਏ ਆਪਣੇ ਬਾਹਰ ਨੂੰ ਸਾਰੇ ਤੇ ਪੁਰਾਣੇ ਟਰੈਕਟਰ ਵੀ ਇੱਕ ਦੋ ਸੇਲ ਹੋ ਗਏ ਬਾਈ 5509 ਮਾਡਲ ਖੜਾ ਸੀਗਾ ਉਹ ਵੀ ਅੱਜ ਵਿਕ ਗਿਆ ਆਪਣਾ ਟਰੈਕਟਰ ਤੇ ਇੱਕ ਆਪਣਾ 735 ਸੀ ਸੈਕਿੰਡ ਹੈਂਡ ਉਹ ਵੀ ਦੇ ਦਿੱਤਾ ਜੀ ਤੇ ਲਗਭਗ ਹੁਣ ਥੋੜ੍ਹਾ ਜਿਹਾ ਸੀਜ਼ਨ ਚੱਲ ਪਿਆ ਬਾਈ ਥੋੜ੍ਹਾ ਜਿਹਾ ਟਰੈਕਟਰ ਸੈਕਿੰਡ ਹੈਂਡ ਵੀ ਵਿਕਣ ਲੱਗ ਗਿਆ ਨਵਾਂ ਵੀ ਤੇ ਹੁਣ ਜੀਰੀ ਤੋਂ ਪਹਿਲਾਂ ਥੋੜ੍ਹੀ ਜਿਹੀ ਸੇਲ ਲੈਣੀ ਆ ਟਰੈਕਟਰ ਵਿਕੀ ਜਾਣੇ ਆ ਲੋ ਜੀ ਬਾਈ ਕਰਾ ਦਾ ਮੂੰਹ ਮਿੱਠਾ ਸਾਰਿਆਂ ਦਾ ਮਿਸਤਰੀ ਕਰਾ ਨਾ ਮਿਸਤਰੀ ਹੋ ਲੈ ਲਾ ਬਸ ਬਾਈ ਬਸ ਲੈ ਲਾ ਯਾਰ ਉਹ ਤਾਂ ਸਾਰੇ ਹੀ ਉਹ ਕਰ ਲਿਆ ਉਹ ਭੋਲੂਆ ਜੀ ਬਣਾਤਾ ਐ ਵੇ ਲੱਡੂ ਖਾ ਲਏ ਸਾਰਿਆਂ ਨੇ ਹੋਰ ਖਾਣਾ ਇਕੱਲਾ ਮਿੱਠਾ ਘੱਟੇ ਖਾਣਾ ਯਾਰ ਉਹ ਸ਼ੂਗਰ ਕਰਦਾ ਮਿੱਠਾ ਕਰਦਾ ਡੱਬਾ ਆ ਗਿਆ ਬਗਿਆੜ ਆ ਗਿਆ ਡੱਬਾ ਤਾਂ ਅਸੀਂ ਲਪੇਟਣਾ ਸਾਰਾ ਬਾਅਦ ਚ ਹਲਵਾਨ ਆ ਗਿਆ ਨਾ ਕੋਲਾ ਚਾਬੀ ਤਾਂ ਤੇਰੀ ਜਿੱਡੀ ਬਾਈ ਇਹ ਚੱਲ
ਜੋ ਦਾ ਡੈਡੀ ਆ ਬਾਈ ਨਾਲ ਜੋ ਦੇ ਫਾਦਰ ਸਾਹਿਬ ਆ ਦੱਸ ਦਿੰਦੇ ਆ ਕਈ ਵੀਰਾਂ ਨੂੰ ਨਹੀਂ ਪਤਾ ਕਈ ਵੀਰਾਂ ਨੂੰ ਪਤਾ ਹੈ ਅਤੇ ਆਹ ਮੇਰੇ ਮਾਮਾ ਜੀ ਆ ਸਾਰੇ ਹੈਲੋ ਹੈਲੋ ਜੀ ਬਾਈ ਬਹੁਤ ਬਹੁਤ ਮੁਬਾਰਕਾਂ ਬਾਈ ਇਹਨਾਂ ਨੂੰ ਨਵੇਂ ਟਰੈਕਟਰ ਦੀਆਂ ਅਤੇ ਆਹ ਬਾਈ ਮੇਰਾ ਮਾਮਾ ਜਿਹੜਾ ਚਾਬੀ ਚੱਕੀ ਖੜ੍ਹਾ ਇਹ ਮਾਮਾ ਮੇਰਾ ਸਗਾ ਰਿਸ਼ਤੇ ਵਿੱਚ ਲੱਗਦਾ ਅਤੇ ਉਹ ਨਾਲ ਜੋ ਉਹਦਾ ਫਾਦਰ ਸਾਹਿਬ ਖੜ੍ਹੇ ਆ ਅਤੇ ਜੋ ਉਹਦਾ ਤੁਸੀਂ ਜਾਣਦੇ ਹੀ ਕਈ ਵੀਰ ਪੁੱਛੀ ਜਾਂਦੇ ਬਾਈ ਵੀ ਕਿਹਦੀ ਏਜੰਸੀ ਆ ਮਾਮੇ ਦੀ ਏਜੰਸੀ ਆ ਬਾਈ ਘਰ ਵਾਲੀ ਕੰਮ ਆਪਣਾ ਉਰੇ ਮੁੰਡਾ ਜਿਹਾ ਲਾਊਗਾ ਲਾਦਾ ਬਾਈ ਟਰੈਕਟਰ ਛੋਟਾ ਜਿਹਾ ਬਾਕੀ ਬਾਈ ਇੱਕ ਦੋ ਟਰੈਕਟਰ ਸੈਕਿੰਡ ਹੈਂਡ ਆਏ ਹਾਂ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ ਦੇ ਬਾਅਦ ਆਪਾਂ ਸਲਫ ਮਾਰ ਲਾ ਵੀਰ ਲਓ ਜੀ ਬਾਈ ਕਰੋ ਸਟਾਰਟਿੰਗ ਚੈੱਕ 16-9-28 ਦੇ ਟਾਇਰਾਂ ਵਿੱਚ ਇਹ ਸਿੰਪਲ ਆ ਬਾਈ ਲੋਅ ਹਾਈ ਮੀਡੀਅਮ ਵਿੱਚ ਨਹੀਂ ਹੈਗਾ ਇਹ ਸਿਰਫ 2 ਸਪੀਡ ਆ ਇਹਨੂੰ ਆਪਾਂ ਲੋਅ ਹਾਈ ਕਹਿੰਦੇ ਸਿਰਫ ਆਵਾਜ਼ ਬਹੁਤ ਸ਼ਾਨਦਾਰ ਆ ਬਾਈ ਟਰੈਕਟਰ ਦੀ ਤੁਹਾਨੂੰ ਜੋਧ ਨੇ ਨਹੀਂ ਚਲਾ ਕੇ ਦਿਖਾਇਆ ਜੋਧ ਯਾਰ ਅੱਜ ਤੈਂ ਨਹੀਂ ਬਾਈ ਟਰੈਕਟਰ ਚਲਾ ਕੇ ਦਿਖਾਇਆ ਬਾਈ ਤੈਂ ਨਹੀਂ ਅੱਜ ਟਰੈਕਟਰ ਚਲਾ ਕੇ ਦਿਖਾਇਆ ਕਿਹੜਾ ਗੂੜਾ ਲਾ ਕੇ ਇਹਦਾ ਦੂਏ ਪਰ ਠੀਕ ਆ ਟੂਲ ਕਿੱਟ ਆ ਗਈ ਜੀ ਟੂਲ ਕਿੱਟ ਭੁੱਲ ਗਏ ਬਾਈ ਜੋਧ ਬਾਈ ਡੰਡਾ ਫੱਟੀ ਹੈਗੀ ਨਾਲ ਡੰਡਾ ਫੱਟੀ ਨਾਲ ਹੈਗੀ ਡੰਡਾ ਫੱਟੀ ਚੈੱਕ ਕਰ ਲੈ ਡੰਡਾ ਫੱਟੀ ਨਾਲ ਠੀਕ ਆ ਓਕੇ ਡੰਡਾ ਫੱਟੀ ਪਿੰਨ ਸਿਰਫ ਆਹੀ ਸਮਾਨ ਆ ਬਾਈ ਨਾਲ ਇੱਕ ਬੰਪਰ ਆਉਂਦਾ ਲੱਗਿਆ ਵਾ ਹੋਰ ਇੱਦਾਂ ਕਈ ਵੀ ਕਹਿੰਦੇ ਛਤਰੀ ਛੁਤਰੀ ਵੀਰੇ ਉਹ ਲਾ ਕੇ ਦੇ ਦਿੰਦੇ ਉਹਦੇ ਪੈਸੇ ਅਲੱਗ ਲੱਗ ਜਾਂਦੇ ਨਾਲ ਵੈਸੇ ਤਾਂ ਆਪਾਂ ਕੋਲੋਂ ਛਤਰੀਆਂ ਹੈ ਨਹੀਂ ਆਪਾਂ ਕਹਿੰਦੇ ਬਾਈ ਬਾਹਰੋਂ ਲਵਾ ਲਓ ਕਰਕੇ ਚਲਾਉਂਦਾ ਮੁੰਡਾ ਥੋੜ੍ਹਾ ਜਿਹਾ ਹਜੇ ਨਵਾਂ ਨਵਾਂ ਬਾਈ ਲਓ ਬਾਈ ਆਹ 30-48 ਆ ਗਿਆ ਆਪਣਾ 50 ਪਾਵਰ ਵਿੱਚ 14-9-28 ਦੇ ਟਾਇਰਾਂ ਵਿੱਚ ਇਹਦੇ ਬਾਰੇ ਵੀ ਆਪਾਂ ਵੈਸੇ ਤਾਂ ਦੱਸਿਆ ਹੋਇਆ ਇੱਕ ਵਾਰ ਫਿਰ ਦੱਸ ਦਿੰਦੇ ਹਾਂ 50 HP ਦਾ ਟਰੈਕਟਰ ਆ ਬਾਈ ਇਹ ਇਹ ਵੀ 2 ਸਪੀਡ 'ਚ ਆਉਂਦਾ ਹੈ ਅਤੇ ਇਹ ਹੈਗਾ 3 ਸਿਲੰਡਰ ਇੰਜਣ ਦੇ ਨਾਲ ਅਤੇ ਇਨਲਾਈਨ ਮਾਈਕੋ ਦਾ ਇਨਲਾਈਨ ਪੰਪ ਆਉਂਦਾ ਇਹਦੇ ਵਿੱਚ ਇੰਡੋ ਫਾਰਮ 30-48 DI ਜਿਹੜਾ ਆਪਣੇ ਦਿੱਤਾ ਟਰੈਕਟਰ ਇਹ ਬਾਈ ਹੈਗਾ 4 ਸਿਲੰਡਰ ਇਹ ਹੈਗਾ 3 ਸਿਲੰਡਰ ਟਾਇਰਾਂ ਦਾ ਫਰਕ ਹੈ ਇਹਦੇ ਮੈਂ 14 ਦੇ ਉਹਦੇ 'ਚ 16 ਦੇ ਆ ਹੈਗਾ ਸਾਈਡ ਗੇਰੇ ਆ ਵੀ ਅਤੇ ਰੇਟ ਦਾ ਘੱਟ ਤੋਂ ਘੱਟ ਵੀ ਮੰਨ ਕੇ ਚਲੋ 1 ਲੱਖ ਰੁਪਏ ਦਾ ਫਰਕ ਹੈਗਾ ਇਹਨਾਂ ਦਾ ਉੱਧਰ ਸਾਡਾ ਪਾਵਲਾ ਵੀਰ ਟਰੈਕਟਰ ਲੱਗਿਆ ਸਟਾਰਟ ਕਰਨ ਹੋਰ ਬਾਈ ਠੀਕ ਹੈ ਅਤੇ ਬਾਕੀ ਬਾਈ ਟਰੈਕਟਰ ਦੀ ਵੀਡੀਓ ਆਪਾਂ ਤੁਹਾਨੂੰ ਇੱਦਾਂ ਜਿਹੜੇ ਆ ਇੱਕ ਦੋ ਆਏ ਉਹ ਤੋਂ ਅਲੱਗ ਤੋਂ ਬਣਾ ਕੇ ਪਾਉਂਗੇ ਪੂਰਾ ਚੰਗੀ ਤਰ੍ਹਾਂ ਦਿਖਾ ਕੇ ਅਤੇ ਫਿਰ ਵੀਡੀਓ ਜ਼ਿਆਦਾਤਰ ਲੰਬੀ ਹੋ ਜਾਂਦੀ ਕਈ ਵੀਰ ਕਹਿੰਦੇ ਅਸੀਂ ਬਹੁਤ ਲੰਬੀ ਵੀਡੀਓ ਬਣਾ ਲੈਂਦੇ ਹਾਂ ਅਤੇ ਇੱਕ ਆਪਾਂ 55 ਬਾਰੇ ਬਹੁਤ ਵੀਰ ਪੁੱਛੀ ਜਾਂਦੇ ਬਾਈ ਜੋ ਤਾਂ ਮੇਰੇ 855 ਦਿਖਾ ਦੀ ਯਾਰ 855 ਬਾਰੇ ਬਹੁਤ ਫੋਨ ਆਉਂਦੇ ਰਹਿੰਦੇ ਆ 855 ਦੱਸ ਦੀ ਨਹੀਂ ਯਾਰ ਵੀਡੀਓ ਨੂੰ ਹੋ ਗਏ ਪਾਈ ਨੂੰ 4-5 ਦਿਨ ਲਓ ਜੀ ਆਹ ਖੜਾ ਬਾਈ ਆਪਣਾ 55 ਹੀ ਅਸੀਂ ਨਾ ਲਿਬੜਨੇ ਕਰਕੇ ਇਹਨੂੰ ਅੰਦਰ ਖੜਾਉਂਦੇ ਵੀ ਇਹਦੇ ਮਿੱਟੀ ਨਾ ਪਵੇ ਕਿਉਂਕਿ ਜੋ ਤਾਂ ਬਹੁਤ ਓਰੀਜਨਲ ਉਹ ਕਰਿਆ ਵਾ ਇਹਨੂੰ ਸਾਫ਼ ਹਾਂ ਛਾਨੀ ਨੂੰ ਛਾਨੀ ਤੇਰੀ ਜ਼ਿੰਮੇਵਾਰੀ ਆ ਬਾਈ ਨਹੀਂ ਯਾਰ ਜੋ ਦਾ ਟਰੈਕਟਰ ਇੰਨਾ ਚੱਲਿਆ ਵਾ ਬਾਈ ਗਰੰਟੀ ਵਾਲਾ ਟਰੈਕਟਰ ਪੂਰਾ ਹਾਂ ਕੰਡੀਸ਼ਨ ਦੇਖੋ ਬਾਈ ਟਰੈਕਟਰ ਦੇ ਨਾਲ ਦੇ ਟਾਇਰਾਂ 4 ਬਿਲਕੁਲ ਠੀਕ ਹੈ ਜੀ ਬਿਲਕੁਲ ਇਹ ਟਰੈਕਟਰ ਬਾਈ ਵਿੱਚ ਕੱਟੇ ਆਪਾਂ ਨੇ ਨਵੇਂ ਦੇ ਵਿੱਚ ਲਓ ਜੀ ਟਰੈਕਟਰ ਦੇਖੋ ਪੂਰਾ ਸਾਫ਼ ਓਕੇ ਹਾਂ ਪੂਰਾ ਜੀ ਪੂਰਾ ਮਾਰ ਕੇ ਮੂਰ ਕੇ ਬਾਈ ਸਾਰੇ 19 ਦੇ ਟਰੈਕਟਰ ਦੇ ਠੀਕ ਹੈ ਜੀ ਬਾਕੀ ਜਿਹਨੇ ਬਾਈ ਮੇਰਾ ਵੀਰ ਨੇ ਕੋਈ ਚਾਹ ਪਾਣ ਕਿਸੇ ਨੇ ਟਰੈਕਟਰ ਦੇਖਣਾ ਵੀਰੇ ਆ ਜਾਓ ਰੋਪੜ ਖੜਾ ਆਪਣੀ ਤਸੱਲੀ ਕਰ ਲਓ ਠੀਕ ਨਹੀਂ ਜੋਧ ਵੀਰੇ ਇੱਕ ਵੀਰੇ ਹੋਰ ਬੇਨਤੀ ਆ ਫੋਟੋ ਨਾ ਮੰਗੇ ਹੁਣ ਹਾਂ ਟਰੈਕਟਰ ਦਿਖਾਤਾ ਫੋਟੋਆਂ ਵੀਰੇ ਬਹੁਤ ਆ ਚਲਾ ਕੇ ਦੇਖ ਲਿਓ
ਹਰੇਕ ਬਾਈ ਦਾ ਆਪਾਂ ਹੁਣ ਵੀਡੀਓ ਬਣਾ ਕੇ ਪਾਤੀ ਜੀ ਆਪਣੇ 10 ਮਿੰਟ ਦੀ ਤਾਂ ਕਈ ਜਾਂ ਵੀਰ ਫਿਰ ਕਿਉਂਕਿ ਮੈਸੇਜ ਵੀਰੇ ਬਹੁਤ ਆਈ ਜਾਂਦੇ ਆ ਤੇ ਫਿਰ ਹਰੇਕ ਬੰਦੇ ਨੂੰ ਫੋਟੋਆਂ ਪੈਂਦੀਆਂ ਵੀ ਨੇ ਕਿਉਂਕਿ ਉਰੇ ਵੀਰੇ ਅਸੀਂ ਦਿਨ ਵਿੱਚ ਬਹੁਤ ਬਿਜ਼ੀ ਰਹਿੰਦੇ ਹਾਂ ਕਸਟਮਰ ਆਈ ਜਾਂਦੇ ਆ ਕਈ ਵਾਰ ਬਾਹਰ ਅੰਦਰ ਟਰੈਕਟਰ ਦਾ ਸਰਵਿਸ ਵੀ ਆਪਾਂ ਹੀ ਆਪ ਕਰਦੇ ਹਾਂ ਤਾਂ ਕਰਕੇ ਫਿਰ ਟਾਈਮ ਹੀ ਨਹੀਂ ਲੱਗਦਾ ਵੀਰੇ ਅਤੇ ਬਾਕੀ ਤਾਂ ਜਿਹੜੇ ਸਾਡੇ ਲੋਕਲ ਵੀਰ ਹੈ ਵੀਰੇ ਉਹਨਾਂ ਤੋਂ ਬੇਨਤੀ ਹੁੰਦੀ ਵੀ ਉਰੇ ਆ ਕੇ ਦੇਖ ਕੇ ਤਸੱਲੀ ਕਰ ਲਓ ਆਪਣੀ ਅਤੇ ਬਾਕੀ ਕੋਈ ਗੱਲ ਨਹੀਂ ਸੌਦਾ ਨਹੀਂ ਹੁੰਦਾ ਹੁੰਦਾ ਜੇ ਨਹੀਂ ਹੁੰਦਾ ਉਹ ਗੱਲ ਬਾਅਦ ਹੀ ਹੈ ਜੀ ਅਤੇ ਬਾਕੀ ਬਾਈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਅਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ ਜੀ।